ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਚੈਨਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਪੰਜਾਬ ਦੀ ਜੀਓਗ੍ਰਾਫੀ, ਯਾਨੀ ਕਿ ਪੰਜਾਬ ਦਾ ਭੂਗੋਲ। ਠੀਕ ਹੈ ਜੀ, ਵਿਦ ਫੁੱਲ ਐਕਸਪਲੇਨੇਸ਼ਨ ਕਰਾਂਗੇ, ਬਿਕੋਜ਼ ਅਸੀਂ ਬੱਚਿਆਂ ਨੂੰ ਪੁੱਛਿਆ ਸੀਗਾ ਐਂਡ ਬੱਚਿਆਂ ਦੇ ਵਿਊ ਦੇ ਅਕੋਰਡਿੰਗ MCQs ਨਹੀਂ ਹੋਣਗੇ, ਕੁਸ਼ਚਨ ਪਲੱਸ ਉਹਨਾਂ ਦੀ ਚੰਗੀ ਤਰ੍ਹਾਂ ਐਕਸਪਲੇਨੇਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ, ਸੋ ਦੈਟ ਤੁਹਾਨੂੰ ਦੁਬਾਰਾ ਕਿਸੇ ਹੋਰ ਸੋਰਸਿਸ ਵੱਲ ਨਾ ਭੱਜਣਾ ਪਏ। ਆਈ ਪ੍ਰੋਮਿਸ ਕਿ ਅਗਰ ਤੁਸੀਂ ਜੀਓਗ੍ਰਾਫੀ ਇੱਕ ਵਾਰੀ ਇੱਥੋਂ ਕਰ ਲਓਗੇ ਆਉਣ ਵਾਲੀਆਂ ਕਲਾਸਿਸ ਦੇ ਵਿੱਚ, ਤਾਂ ਤੁਹਾਨੂੰ ਜੀਓਗ੍ਰਾਫੀ ਲਈ ਹੋਰ ਸੋਰਸਿਸ ਫੋਲੋ ਨਹੀਂ ਕਰਨੇ ਪੈਣਗੇ। ਠੀਕ ਹੈ ਜੀ, ਸੋ ਕੋਸ਼ਿਸ਼ ਕਰਾਂਗੇ ਤੁਹਾਨੂੰ ਵਧੀਆ ਤਰ੍ਹਾਂ ਸਮਝਾਉਣ ਦੀ, ਸੋ ਬਣੇ ਰਹੋ ਸਾਡੇ ਨਾਲ। ਸੋ ਫਸਟ ਕੁਸ਼ਚਨ ਹੈ ਕਿ ਪੰਜਾਬ ਭਾਰਤ ਦੇ ਕਿਹੜੇ ਹਿੱਸੇ ਵਿੱਚ ਸਥਿਤ ਹੈ। ਪਹਿਲੀ ਗੱਲ ਤਾਂ ਇਹ ਕੁਸ਼ਚਨ ਆਪਣੇ ਆਪ ਵਿੱਚ ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਸੋ ਇਹ ਹੈ ਜੀ, ਉੱਤਰ ਪੱਛਮੀ ਹਿੱਸੇ ਵਿੱਚ ਮੌਜੂਦ ਹੈ। ਮੈਂ ਕੁਸ਼ਚਨ ਅੱਗੇ ਵੀ ਬਹੁਤ ਵਾਰੀ ਕਰਵਾਇਆ ਹੈ ਆਪਣੀਆਂ ਵੀਡੀਓਜ਼ ਦੇ ਵਿੱਚ। ਠੀਕ ਹੈ, ਸਪੋਜ਼ ਕਰੋ ਕਿ ਇਹ ਇੰਡੀਆ ਦਾ ਮੈਪ ਹੈ, ਤਾਂ ਆਪਾਂ ਨੂੰ ਜੋ ਭਾਰਤ ਪੰਜਾਬ ਹੈ ਉਹ ਇੱਥੇ ਕਰਕੇ ਮਿਲਦਾ ਹੈ, ਹੈ ਨਾ। ਆਹ ਆਪਣੇ ਕੋਲ ਪਾਕਿਸਤਾਨ ਅਤੇ ਜੋ ਪਾਕਿਸਤਾਨ ਰਿਹਾ, ਠੀਕ ਹੈ, ਇੱਧਰ ਇੰਡੀਆ ਰਿਹਾ, ਆਹ ਗ੍ਰੀਨ ਵਾਲੀ ਉਹਦੀ ਬਾਊਂਡਰੀ ਰਹੀ, ਅਤੇ ਆਪਾਂ ਨੂੰ ਇੱਥੇ ਜੋ ਹੈ ਪੰਜਾਬ ਮਿਲਦਾ ਹੈ। ਅਤੇ ਜੇ ਆਪਾਂ ਡਾਇਰੈਕਸ਼ਨਸ ਦੀ ਗੱਲ ਕਰੀਏ, ਠੀਕ ਹੈ, ਤਾਂ ਆਪਣੇ ਕੋਲ ਚਾਰ ਡਾਇਰੈਕਸ਼ਨਸ ਹੁੰਦੀਆਂ ਨੇ ਮੇਨ, ਹੈ ਨਾ, ਉੱਤਰ, ਦੱਖਣ, ਪੂਰਬ ਅਤੇ ਪੱਛਮ, ਹੈ ਨਾ। ਚਾਰ ਮੇਨ ਹੁੰਦੀਆਂ ਨੇ, ਅਤੇ ਜਿਹੜੀਆਂ ਚਾਰ ਨੇ ਉਹ ਸਭ ਡਾਇਰੈਕਸ਼ਨਸ ਹੁੰਦੀਆਂ ਨੇ। ਠੀਕ ਹੈ, ਆਹ ਹੋ ਗਈ ਉੱਤਰੀ ਪੂਰਵੀ, ਠੀਕ ਹੈ, ਆਹ ਦੱਖਣੀ ਪੂਰਵੀ, ਆਹ ਦੱਖਣ ਪੱਛਮੀ, ਅਤੇ ਆਹ ਹੋ ਗਈ ਉੱਤਰ ਪੱਛਮੀ। ਠੀਕ ਹੈ, ਨਾਈਨ ਕੀ ਨੌਰਥ ਵੈਸਟ। ਤਾਂ ਇੱਥੋਂ ਆਪਾਂ ਨੂੰ ਹੁਣ ਤੁਹਾਨੂੰ ਡਾਇਰੈਕਸ਼ਨ ਆ ਦੇਖੋ, ਆਹ ਵਾਲੀ ਡਾਇਰੈਕਸ਼ਨ ਹੈ, ਹੈ ਨਾ, ਅਤੇ ਆਪਣੇ ਕੋਲ ਇੱਥੇ ਇਹੀ ਡਾਇਰੈਕਸ਼ਨ ਬਣ ਰਹੀ ਹੈ। ਠੀਕ ਹੈ, ਤਾਂ ਇੱਥੋਂ ਕੀ ਕੰਕਲੂਜ਼ਨ ਨਿਕਲਦਾ ਹੈ ਕਿ ਜੋ ਭਾਰਤ ਦਾ ਦੇ ਵਿੱਚ ਪੰਜਾਬ ਹੈ ਉਹ ਉੱਤਰ ਪੱਛਮੀ ਹਿੱਸੇ ਦੇ ਵਿੱਚ ਹੈ। ਠੀਕ ਹੈ ਜੀ, ਇਸ ਤਰ੍ਹਾਂ ਚੀਜ਼ਾਂ ਨੂੰ ਕਰੋਗੇ ਨਾ ਤਾਂ ਫਿਰ ਤੁਹਾਨੂੰ ਭੁੱਲਣਗੀਆਂ ਨੇ। ਹੁਣ ਅਗਲਾ ਕੁਸ਼ਚਨ ਹੈ ਕਿ ਪੰਜਾਬ ਦੇ ਉੱਤਰ ਅਤੇ ਦੱਖਣ ਵਿਚਕਾਰ ਕਿੰਨੀ ਦੂਰੀ ਹੈ, ਯਾਨੀ ਕਿ ਆਹ ਨੌਰਥ ਪੁਆਇੰਟ ਹੈ ਪੰਜਾਬ ਦਾ, ਆਹ ਸਾਊਥ ਪੁਆਇੰਟ ਹੈ, ਤਾਂ ਇਹਨਾਂ ਦੇ ਵਿਚਕਾਰ ਕਿੰਨੀ ਦੂਰੀ ਹੈ, ਤਾਂ ਉਹ ਹੈ 335 ਕਿਲੋਮੀਟਰ। ਇਹ ਕੁਸ਼ਚਨ ਵੀ ਪੰਜਾਬ ਦੇ ਪੇਪਰਾਂ ਦੇ ਵਿੱਚ ਬਹੁਤ ਵਾਰੀ ਆ ਚੁੱਕਿਆ ਹੈ। ਅਗਲਾ ਕੁਸ਼ਚਨ ਹੈ, ਪੰਜਾਬ ਦੇ ਪੂਰਬ ਅਤੇ ਪੱਛਮ ਵਿਚਕਾਰ ਕਿੰਨੀ ਦੂਰੀ ਹੈ, ਯਾਨੀ ਕਿ ਈਸਟ ਅਤੇ ਵੈਸਟ ਵਿੱਚ ਕਿੰਨੀ ਦੂਰੀ ਹੈ, ਉਹ ਹੈ ਜੀ 300 ਕਿਲੋਮੀਟਰ। ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ਕਿਸ ਦੇਸ਼ ਨਾਲ ਮਿਲਦੀ ਹੈ? ਆਪਾਂ ਜੇ ਹੁਣੇ ਹੀ ਕੀਤਾ ਹੈ, ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਨਾਲ ਸਿਰਫ ਇੱਕ ਹੀ ਇੰਟਰਨੈਸ਼ਨਲ ਬਾਰਡਰ ਲੱਗਦਾ ਹੈ, ਅਤੇ ਉਹ ਹੈ ਪਾਕਿਸਤਾਨ ਦਾ। ਠੀਕ ਹੈ, ਅਤੇ ਇਹ ਕਿਹਦੀ ਮਿਲਦੀ ਹੈ, ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ। ਉਸ ਤੋਂ ਬਾਅਦ ਹੈ ਕਿ ਪੰਜਾਬ ਕਿੰਨੇ ਰਾਜਾਂ ਦੀ ਹੱਦ ਨੂੰ ਛੂੰਹਦਾ ਹੈ? ਠੀਕ ਹੈ, ਹੁਣ ਵੇਖੋ ਇਹ ਆ ਗਈਆਂ ਸਟੇਟਸ, ਯਾਨੀ ਕਿ ਜੋ ਰਾਸ਼ਟਰੀ ਸੀਮਾ ਹੈ ਉਹ ਕਿਹਦੇ ਕਿਹਦੇ ਨਾਲ ਹੈ। ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਆਹ ਪੰਜਾਬ ਦਾ ਮੈਪ ਹੈ, ਹੈ ਨਾ, ਤਾਂ ਆਪਣੇ ਕੋਲ ਉੱਪਰ ਵਾਲੀ ਸਾਈਡ ਹੈ ਜੋ ਉਹ ਜੰਮੂ ਅਤੇ ਕਸ਼ਮੀਰ ਹੈ, ਜੋ ਕਿ ਹੁਣ ਯੂਨੀਅਨ ਟੈਰੇਟਰੀ ਹੈ। ਅਗਰ ਤੁਹਾਡੇ ਕੋਲ ਕੁਸ਼ਚਨ ਆਏ ਕਿ ਕਿੰਨੀਆਂ ਯੂਨੀਅਨ ਟੈਰੇਟਰੀਜ਼ ਪੰਜਾਬ ਨੂੰ ਟੱਚ ਕਰਦੀਆਂ ਨੇ, ਤਾਂ ਦੈਟ ਇਜ਼ ਵਨ ਜੰਮੂ ਕਸ਼ਮੀਰ। ਠੀਕ ਹੈ, ਪਹਿਲਾਂ ਇਹਨੂੰ ਸਟੇਟ ਮੰਨਿਆ ਜਾਂਦਾ ਸੀ, ਸੋ ਕਈ ਬੁੱਕਸ ਦੇ ਵਿੱਚ ਸਟੇਟ ਵੀ ਲਿਖਿਆ ਮਿਲਦਾ ਹੈ, ਕਿਉਂਕਿ ਇਹ ਪਹਿਲਾਂ ਸਟੇਟ ਸੀਗੀ। ਠੀਕ ਹੈ, 2019 ਦੇ ਵਿੱਚ ਹੀ ਇਹਨੂੰ ਯੂਨੀਅਨ ਟੈਰੇਟਰੀ ਘੋਸ਼ਿਤ ਕੀਤਾ ਗਿਆ ਹੈ। ਉਸ ਤੋਂ ਬਾਅਦ ਅਗਰ ਆਪਾਂ ਇਹਦੇ ਨਾਲ ਗੱਲ ਕਰੀਏ, ਠੀਕ ਹੈ, ਆਪਣੇ ਕੋਲ ਇਸ ਡਾਇਰੈਕਸ਼ਨ ਵਿੱਚ, ਯਾਨੀ ਕਿ ਨੌਰਥ ਈਸਟ ਦੇ ਵਿੱਚ ਆਪਣੇ ਕੋਲ ਹਿਮਾਚਲ ਪ੍ਰਦੇਸ਼ ਹੈ,
ਠੀਕ ਹੈ, ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ, ਨੌਰਥ ਈਸਟ ਦੇ ਵਿੱਚ, ਠੀਕ ਹੈ ਜੀ। ਫਿਰ ਅਗਰ ਆਪਾਂ ਸਾਊਥ ਦੀ ਗੱਲ ਕਰੀਏ, ਸਾਊਥ ਦੇ ਵਿੱਚ ਆਪਣੇ ਕੋਲ ਇੱਕ ਤਾਂ ਹਰਿਆਣਾ ਹੈ, ਠੀਕ ਹੈ, ਅਤੇ ਅਗਰ ਆਪਾਂ ਇਸ ਸਾਈਡ ਗੱਲ ਕਰੀਏ ਸਾਊਥ ਵੈਸਟ ਵਾਲੀ ਸਾਈਡ, ਤਾਂ ਆਪਣੇ ਕੋਲ ਰਾਜਸਥਾਨ ਹੈ। ਸਾਊਥ ਈਸਟ ਵਿੱਚ ਹਰਿਆਣਾ ਹੈ ਅਤੇ ਸਾਊਥ ਵੈਸਟ ਵਿੱਚ ਆਪਣੇ ਕੋਲ ਰਾਜਸਥਾਨ ਹੈ। ਅਤੇ ਅਗਰ ਆਪਾਂ ਵੈਸਟਰਨ ਦੀ ਗੱਲ ਕਰੀਏ ਤਾਂ ਇਸ ਸਾਈਡ ਆਪਣੇ ਕੋਲ ਅੰਤਰਰਾਸ਼ਟਰੀ ਸੀਮਾ ਹੈ, ਉਹ ਕੀ ਹੈ, ਪਾਕਿਸਤਾਨ। ਪੰਜਾਬ ਦੀ ਸ਼ਕਲ ਕੀ ਹੈ, ਠੀਕ ਹੈ, ਤਾਂ ਇੱਦਾਂ ਦੀ ਸ਼ਕਲ ਹੈ ਪੰਜਾਬ ਦੀ, ਠੀਕ ਹੈ, ਤਾਂ ਇਹ ਕਿਹੜੀ ਸ਼ਕਲ ਬਣਦੀ ਹੈ, ਤਿਕੋਣੀ, ਠੀਕ ਹੈ। ਪੰਜਾਬ ਦੀ ਸ਼ਕਲ ਤਿਕੋਣੀ ਹੈ। ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ, ਤਾਂ ਉਹ ਹੈ ਜੀ 50,662 ਵਰਗ ਕਿਲੋਮੀਟਰ ਹੈ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 1.54% ਹੈ। ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ, ਠੀਕ ਹੈ ਜੀ। ਆਹ ਜਿਹੜੇ ਹੁਣ ਤੱਕ ਆਪਾਂ ਜਿੰਨੇ ਵੀ ਕੁਸ਼ਚਨ ਕਵਰ ਕੀਤੇ ਨੇ, ਇਹ ਸਾਰੇ ਬਹੁਤ ਇੰਪੋਰਟੈਂਟ ਨੇ, ਪੰਜਾਬ ਦੇ ਪੇਪਰਾਂ ਵਿੱਚ ਰਿਪੀਟਡਲੀ ਪੁੱਛੇ ਜਾਂਦੇ ਨੇ। ਕਹਿੰਦੇ ਕਿ ਰਾਜ ਦੇ ਮੈਦਾਨਾਂ ਦੇ ਕਿਹੜੇ ਪਾਸੇ ਪਹਾੜੀਆਂ ਬਣਦੀਆਂ ਨੇ, ਪਹਾੜੀਆਂ ਕਿਹੜੀਆਂ ਬਣਦੀਆਂ ਨੇ। ਹੁਣ ਅਗਰ ਆਪਾਂ ਪੰਜਾਬ ਦਾ ਮੈਪ ਵੇਖੀਏ, ਠੀਕ ਹੈ, ਤਾਂ ਹੁਣੇ ਮੈਂ ਤੁਹਾਨੂੰ ਕਰਵਾਇਆ ਕਿ ਨੌਰਥ ਈਸਟ ਜਿਹੜੀ ਡਾਇਰੈਕਸ਼ਨ ਹੈ, ਠੀਕ ਹੈ, ਇਸ ਸਾਈਡ ਹਿਮਾਚਲ ਪ੍ਰਦੇਸ਼ ਹੈ ਨਾ। ਅਗਰ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਉਹ ਵੀ ਇਸ ਸਾਈਡ ਹੀ ਪੈਂਦਾ ਹੈ, ਹੈ ਨਾ। ਉਸ ਤੋਂ ਅੱਗੇ ਜਾ ਕੇ ਹੀ ਆਪਾਂ ਨੂੰ ਸ਼ਿਮਲਾ ਜਾਂਦੇ ਹਾਂ ਆਪਾਂ, ਤਾਂ ਇਹ ਕਿਹੜੀ ਡਾਇਰੈਕਸ਼ਨ ਹੈ, ਨੌਰਥ ਈਸਟ, ਨੌਰਥ ਮਤਲਬ ਉੱਤਰ, ਈਸਟ ਮਤਲਬ ਪੂਰਬ, ਠੀਕ ਹੈ। ਤਾਂ ਕਿਹੜੀ ਡਾਇਰੈਕਸ਼ਨ ਬਣੀ, ਪੂਰਬ ਅਤੇ ਉੱਤਰ ਪੂਰਬ, ਠੀਕ ਹੈ ਜੀ। ਇੱਕ ਤਾਂ ਈਸਟ ਡਾਇਰੈਕਸ਼ਨ ਵਿੱਚ ਆਪਾਂ ਨੂੰ ਮਿਲਣਗੇ ਅਤੇ ਦੂਸਰਾ ਨੌਰਥ ਈਸਟ ਵਿੱਚ। ਇਸ ਤਰ੍ਹਾਂ ਮੈਪ ਨਾਲ ਸਮਝੋਗੇ ਤਾਂ ਚੀਜ਼ਾਂ ਤੁਹਾਨੂੰ ਭੁੱਲਣਗੀਆਂ ਨਹੀਂ, ਠੀਕ ਹੈ। ਰਾਜ ਦੇ ਕਿਸ ਪਾਸੇ ਇਹ ਅਸਮਾਨ ਬਣ ਜਾਂਦਾ ਹੈ, ਤਾਂ ਦੱਖਣ ਪੱਛਮ, ਯਾਨੀ ਕਿ ਸਾਊਥ ਵੈਸਟ ਵਾਲੀ ਸਾਈਡ, ਠੀਕ ਹੈ, ਇਸ ਸਾਈਡ, ਜਿਸ ਸਾਈਡ ਆਪਣੇ ਕੋਲ ਰਾਜਸਥਾਨ ਹੈ। ਰਾਜ ਦੇ ਕਿਸ ਪਾਸੇ ਰੇਤ ਦੇ ਟਿੱਬੇ ਅਤੇ ਰੇਤ ਦੇ ਫਲੈਟ ਮੌਜੂਦ ਹਨ, ਠੀਕ ਹੈ। ਹੁਣ ਆਪਾਂ ਅਗਰ ਪੰਜਾਬ ਦਾ ਮੈਪ ਵੇਖੀਏ ਤਾਂ ਆਪਾਂ ਨੂੰ ਪਤਾ ਕਿ ਇਸ ਸਾਈਡ ਦੇ ਆਪਣੇ ਕੋਲ ਜੋ ਹੈ ਰਾਜਸਥਾਨ ਹੈ, ਅਤੇ ਰਾਜਸਥਾਨ ਵਿੱਚ ਆਪਾਂ ਨੂੰ ਰੇਤ ਦੇ ਟਿੱਬੇ ਮਿਲਦੇ ਨੇ, ਠੀਕ ਹੈ। ਅਗਰ ਤੁਹਾਨੂੰ ਇਹ ਕੁਸ਼ਚਨ ਨਾ ਵੀ ਆਉਂਦਾ ਹੋਏ, ਤੁਸੀਂ ਇਹਨੂੰ ਅਟੈਂਪਟ ਕਰ ਸਕਦੇ ਹੋ, ਅਗਰ ਤੁਹਾਨੂੰ ਡਾਇਰੈਕਸ਼ਨਸ ਦਾ ਸਹੀ ਤਰ੍ਹਾਂ ਪਤਾ ਹੈ। ਆਹ ਡਾਇਰੈਕਸ਼ਨ ਕਿਹੜੀ ਬਣ ਰਹੀ ਹੈ, ਇਹ ਸਾਊਥ ਵੈਸਟ ਡਾਇਰੈਕਸ਼ਨ ਬਣ ਰਹੀ ਹੈ, ਤਾਂ ਕਿਸ ਪਾਸੇ, ਦੱਖਣ ਪੱਛਮ ਵੱਲ, ਠੀਕ ਹੈ ਜੀ। ਭੂਮੀ ਰੂਪਾਂ ਦੇ ਨਾਮ ਦੱਸੋ, ਯਾਨੀ ਕਿ ਲੈਂਡ ਫੋਰਮਸ, ਠੀਕ ਹੈ। ਪੰਜਾਬ ਨੂੰ ਕਿਸ ਖੇਤਰ ਵਿੱਚ ਵੰਡਿਆ ਜਾ ਸਕਦਾ ਹੈ, ਤਾਂ ਆਪਾਂ ਨੂੰ ਪਤਾ ਹੈ ਕਿ ਜੋ ਪੰਜਾਬ ਦੇ ਮੈਦਾਨ ਹਨ ਜਾਂ ਪੰਜਾਬ ਦਾ ਏਰੀਆ ਹੈ, ਉਹਨੂੰ ਆਪਾਂ ਜਦੋਂ ਜੀਓਗ੍ਰਾਫਿਕਲੀ ਦੇਖਦੇ ਹਾਂ ਤਾਂ ਇੱਕ ਆਪਣੇ ਕੋਲ ਡਿਵੀਜ਼ਨ ਆਉਂਦੀ ਹੈ ਸ਼ਿਵਾਲਿਕ ਦੀਆਂ ਪਹਾੜੀਆਂ, ਠੀਕ ਹੈ, ਜਿਹਦੇ ਵਿੱਚ ਚੰਡੀਗੜ੍ਹ ਵਾਲਾ ਏਰੀਆ ਆਉਂਦਾ ਹੈ, ਕੰਡੀ ਹੋ ਗਿਆ, ਠੀਕ ਹੈ, ਦੁਆਬੇ ਵਾਲੀ ਸਾਈਡ ਵਾਲਾ ਏਰੀਆ, ਅਲਵਾਇਲ ਪਲੇਨ ਹੋ ਗਏ, ਠੀਕ ਹੈ, ਅਤੇ ਟਿੱਬੇ ਨਾਲ ਭਰਿਆ ਮੈਦਾਨ, ਠੀਕ ਹੈ। ਟਿੱਬੇ ਵਾਲਾ ਜਿਹੜਾ ਏਰੀਆ ਹੈ, ਦੈਟ ਇਜ਼ ਅ ਮਾਲਵਾ ਖੇਤਰ, ਬਠਿੰਡੇ ਵਾਲਾ ਏਰੀਆ ਜਿਹਨੂੰ ਆਪਾਂ ਬੋਲ ਦਿੰਦੇ ਹਾਂ। ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਅਧੀਨ ਆਉਂਦੇ ਜਿਹੜੇ ਜ਼ਿਲ੍ਹੇ ਨੇ, ਠੀਕ ਹੈ, ਇੰਪੋਰਟੈਂਟ ਕੁਸ਼ਚਨ ਹੈ, ਠੀਕ ਹੈ, ਪੇਪਰ ਦੇ ਵਿੱਚ ਆ ਸਕਦਾ ਹੈ, ਠੀਕ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਅਧੀਨ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ, ਠੀਕ ਹੈ। ਤਾਂ ਅਗਰ ਆਪਾਂ ਗੱਲ ਕਰੀਏ ਤਾਂ ਪੂਰਬ ਵਾਲੀ ਸਾਈਡ ਆਪਣੇ ਕੋਲ, ਠੀਕ ਹੈ, ਪੂਰਬੀ ਖੇਤਰ ਹੈ, ਠੀਕ ਹੈ, ਕਿ ਚੰਡੀਗੜ੍ਹ ਆਪਾਂ ਨੂੰ ਪਤਾ ਹੈ, ਹੁਣੇ ਮੈਂ ਤੁਹਾਨੂੰ ਮੈਪ ਸਮਝਾ ਕੇ ਹਟੀ ਹਾਂ ਕਿ ਇਸ ਸਾਈਡ ਹੈ, ਯਾਨੀ ਕਿ ਈਸਟਰਨ ਵਾਲੀ ਸਾਈਡ ਹੈ। ਤਾਂ ਕਿਹੜੇ ਕਿਹੜੇ ਜ਼ਿਲ੍ਹੇ ਜਿਹੜੇ ਨੇ, ਠੀਕ ਹੈ, ਇਹ ਜੋ ਸਾਰਾ ਏਰੀਆ ਹੈ, ਇਹ ਹੈ ਆਪਣੇ ਕੋਲ ਸ਼ਿਵਾਲਿਕ ਹਿਲਸ ਦਾ, ਠੀਕ ਹੈ। ਅਤੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ,
ਠੀਕ ਹੈ ਜੀ। ਅਤੇ ਇਹ ਕਿੰਨੇ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ? 5 ਤੋਂ 12 ਕਿਲੋਮੀਟਰ ਚੌੜਾਈ ਨੂੰ ਇਹ ਕਵਰ ਕਰਦਾ ਹੈ। ਉਸ ਤੋਂ ਅਗਲਾ ਕੁਸ਼ਚਨ ਹੈ ਕਿ ਕੰਢੀ ਦੇ ਅਧੀਨ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ? ਠੀਕ ਹੈ, ਕੰਢੀ ਜੋ ਏਰੀਆ ਹੈ ਉਹਦੇ ਅਧੀਨ ਜੀ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ। ਯਾਨੀ ਕਿ ਇਹਨਾਂ ਦੇ ਕੁਛ ਕੁਛ ਏਰੀਆਜ਼ ਨੇ ਜੋ ਉਹ ਸ਼ਿਵਾਲਿਕ ਹਿਲਸ ਦੇ ਅੰਡਰ ਆਉਂਦੇ ਨੇ ਅਤੇ ਕੁਛ ਏਰੀਆ ਨੇ ਜੋ ਉਹ ਕੰਢੀ ਦੇ ਅੰਦਰ ਆਉਂਦੇ ਨੇ। ਠੀਕ ਹੈ, ਸੋ ਯਾਦ ਰੱਖਣਾ ਹੈ, ਕੰਫਿਊਜ਼ ਨਹੀਂ ਹੋਣਾ। ਠੀਕ ਹੈ, ਪੰਜਾਬ ਦਾ ਕਿਹੜਾ ਖੇਤਰ ਅਰਾਜਕਤਾ ਅਤੇ ਖੱਡਾਂ ਦੁਆਰਾ ਬੁਰੀ ਤਰ੍ਹਾਂ ਉਜੜਿਆ ਹੋਇਆ ਹੈ? ਖੱਡਾਂ ਕਿਹਦੇ 'ਚ ਨੇ ਜੀ? ਕੰਢੀ 'ਚ ਵਾਲੇ ਏਰੀਏ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਖੱਡਾਂ ਮਿਲਦੀਆਂ ਨੇ, ਕਿਉਂਕਿ ਉਸ ਸਾਈਡ ਜੋ ਰਿਵਰਸ ਆਉਂਦੀਆਂ ਨੇ, ਠੀਕ ਹੈ, ਨਦੀਆਂ, ਅਤੇ ਉਹ ਉਹਨਾਂ ਦੇ ਕਰਕੇ ਜੋ ਉਹਨਾਂ ਦਾ ਪਾਥਵੇ ਸੀਗਾ, ਠੀਕ ਹੈ, ਓਲਡ ਪਾਥਵੇ ਆਪਾਂ ਬੋਲ ਸਕਦੇ ਹਾਂ, ਤਾਂ ਉਹਦੇ ਵਿੱਚ ਆਪਾਂ ਨੂੰ ਖੱਡਾਂ ਮਿਲਦੀਆਂ ਨੇ ਕੰਢੀ ਏਰੀਏ ਦੇ ਵਿੱਚ। ਚੰਗਰ ਕੀ ਹੈ? ਇਹ ਕੁਸ਼ਚਨ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਤਾਂ ਰੋਪੜ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ ਜੋ ਬਲੋਕ ਹੈ, ਠੀਕ ਹੈ, ਉਹਦੀ ਜੋ ਕੰਢੀ ਹੈ ਉਹਨੂੰ ਚੌਂਗਰ ਕਿਹਾ ਜਾਂਦਾ ਹੈ। ਠੀਕ ਹੈ ਜੀ, ਘਰ ਕੀ ਹੈ? ਸ਼ਿਵਾਲਿਕ ਦੇ ਪੂਰਬ ਵੱਲ ਜੋ ਨੂਰਪੁਰ ਬੇਦੀ ਬਲੋਕ ਹੈ ਉਹਦੇ ਪੱਛਮੀ ਹਿੱਸੇ ਨੂੰ ਘਰ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਨੂਰਪੁਰ ਬੇਦੀ ਬਲੇਕ ਬਲੋਕ ਯਾਦ ਰੱਖਣਾ ਹੈ, ਇੰਪੋਰਟੈਂਟ ਕੁਸ਼ਚਨ ਹੈ ਜੀਓਗ੍ਰਾਫੀ ਦਾ। ਪੰਜਾਬ ਦਾ ਜੋ ਅਲਵਿਲ ਮੈਦਾਨ ਹੈ ਉਹ ਕਿਸ ਦਾ ਹਿੱਸਾ ਹੈ? ਆਪਾਂ ਨੂੰ ਪਤਾ ਹੈ ਕਿ ਪੰਜਾਬ ਦਾ ਅਲਵਿਲ ਮੈਦਾਨ ਕੌਣ ਬਣਾਉਂਦਾ ਹੈ? ਹਿੰਦ ਗੰਗਾ ਮੈਦਾਨ। ਠੀਕ ਹੈ, ਇੰਡਸ ਰਿਵਰ ਆਪਣੇ ਪੰਜਾਬ 'ਚ ਸੀਗੀ। ਠੀਕ ਹੈ, ਅਤੇ ਪੰਜਾਬ ਦੀ ਅਗਰ ਆਪਾਂ ਬਾਉਂਡਰੀ ਦੀ ਗੱਲ ਕਰੀਏ, ਠੀਕ ਹੈ, ਤਾਂ ਆਪਾਂ ਨੂੰ ਪਤਾ ਹੈ ਕਿ ਉਹਦੇ ਨਾਲ ਗੰਗਾ ਲੱਗਦੀ ਹੈ, ਤਾਂ ਇਹ ਪੂਰਾ ਮੈਦਾਨ ਕਿਹੜਾ ਬਣਦਾ ਹੈ? ਇੰਡਸ ਗੰਗਾ ਮੈਦਾਨ। ਪੰਜਾਬ ਖੇਤਰ ਨੂੰ ਕਿਹੜੇ 3 ਖੇਤਰਾਂ ਵਿੱਚ ਵੰਡਿਆ ਗਿਆ ਹੈ? ਪਤਾ ਹੈ ਆਪਾਂ ਨੂੰ ਮਾਝਾ, ਮਾਲਵਾ, ਦੁਆਬਾ, ਅਤੇ ਮਾਝਾ ਖੇਤਰ ਦੇ ਅਧੀਨ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ? 4 ਜ਼ਿਲ੍ਹੇ ਆਉਂਦੇ ਨੇ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨ ਤਾਰਨ। ਮਾਲਵਾ ਖੇਤਰ ਦੇ ਅਧੀਨ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ? ਤਾਂ 15 ਜ਼ਿਲ੍ਹੇ ਆਉਂਦੇ ਨੇ। ਠੀਕ ਹੈ, ਤੁਹਾਨੂੰ ਪਤਾ ਕਿ ਇਹ ਸਾਰੇ ਕੁਸ਼ਚਨ ਕਿੰਨੇ ਜ਼ਿਆਦਾ ਇੰਪੋਰਟੈਂਟ ਨੇ। ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ, ਪਟਿਆਲਾ, ਮੋਹਾਲੀ, ਮੋਗਾ ਅਤੇ ਮੁਕਤਸਰ। ਠੀਕ ਹੈ, ਇੱਕ ਇੱਥੇ ਰਹਿ ਗਿਆ, ਠੀਕ, ਸੋਰੀ, ਆਪਣੇ ਕੋਲ ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਮਲੇਰਕੋਟਲਾ। ਅਤੇ ਰੀਸੈਂਟਲੀ ਕਿਹੜਾ ਬਣਿਆ ਹੈ? ਮਲੇਰਕੋਟਲਾ ਬਣਿਆ ਹੈ। ਕਿਹੜੇ ਜ਼ਿਲ੍ਹੇ ਵਿੱਚੋਂ ਨਿਕਲ ਕੇ ਬਣਿਆ ਹੈ ਜੀ? ਇਹ ਸੰਗਰੂਰ ਜ਼ਿਲ੍ਹੇ ਵਿੱਚੋਂ ਨਿਕਲ ਕੇ ਬਣਿਆ ਹੈ। ਅਤੇ ਇੱਥੇ ਜੋ ਹੈ ਬਹੁਤ ਜ਼ਿਆਦਾ ਪਾਪੂਲੇਸ਼ਨ ਕਿਹੜੀ ਕਮਿਊਨਿਟੀ ਦੀ ਹੈ? ਮੁਸਲਿਮ ਕਮਿਊਨਿਟੀ ਦੀ। ਠੀਕ ਹੈ, ਅਤੇ ਇਹ ਮਾਲਵੇ ਏਰੀਏ ਦੇ ਵਿੱਚ ਹੀ ਪੈਂਦਾ ਹੈ। ਦੁਆਬਾ ਖੇਤਰ ਦੇ ਅਧੀਨ ਆਉਂਦੇ ਜ਼ਿਲ੍ਹਿਆਂ ਦੇ ਨਾਮ ਕਿਹੜੇ ਕਿਹੜੇ ਨੇ? ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ। ਇਹ ਵੀ 4 ਨੇ। ਠੀਕ ਹੈ, 4 ਆਪਣੇ ਕੋਲ ਦੁਆਬੇ ਦੇ ਨੇ, 4 ਮਾਝੇ ਦੇ ਨੇ। ਠੀਕ ਹੈ, ਅਤੇ 15 ਜ਼ਿਲ੍ਹੇ ਨੇ ਜਿਹੜੇ ਆਪਣੇ ਕੋਲ ਉਹ ਮਾਲਵੇ ਏਰੀਏ ਦੇ ਨੇ। ਮਾਝਾ ਖੇਤਰ ਪੱਛਮ ਵਿੱਚ ਰਾਵੀ ਦਰਿਆ ਅਤੇ ਪੂਰਬ ਵਿੱਚ ਬਿਆਸ ਦਰਿਆ ਅਤੇ ਦੱਖਣ ਵਿੱਚ ਸਤਲੁਜ ਨਾਲ ਘਿਰਿਆ ਹੋਇਆ ਹੈ। ਠੀਕ ਹੈ, ਮਾਝਾ ਏਰੀਆ ਕਹਿੰਦੇ ਕਿ ਕਿਹੜਾ ਹੈ? ਉਹ ਕਹਿੰਦੇ ਪੱਛਮ ਵੱਲ, ਯਾਨੀ ਕਿ ਵੈਸਟਰਨ ਸਾਈਡ 'ਤੇ ਉਹਦੇ ਰਾਵੀ ਦਰਿਆ ਹੈ। ਠੀਕ ਹੈ, ਪੂਰਬ ਵਾਲੇ ਪਾਸੇ ਬਿਆਸ ਦਰਿਆ ਹੈ ਅਤੇ ਦੱਖਣ ਵਾਲੇ ਪਾਸੇ ਉਹਦੇ ਸਤਲੁਜ ਦਰਿਆ ਹੈ। ਠੀਕ ਹੈ, ਹੁਣ ਮੈਨੂੰ ਛੇਤੀ ਛੇਤੀ ਦੱਸ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਕਿ ਗੁਰਦਾਸਪੁਰ ਕਿਹੜੇ ਜ਼ਿਲ੍ਹੇ ਨੇ ਜੋ ਮਾਝੇ ਦੇ ਅੰਡਰ ਆਉਂਦੇ ਨੇ। ਠੀਕ ਹੈ, 4 ਜ਼ਿਲ੍ਹੇ ਆਪਾਂ ਹੁਣੇ ਹੁਣੇ ਕੀਤੇ ਨੇ, ਸੋ ਦੈਟ ਤੁਹਾਡੀ ਰਿਵੀਜ਼ਨ ਹੋ ਜਾਏ। ਠੀਕ ਹੈ, ਮਾਝੇ ਦੇ ਅੰਡਰ ਕਿਹੜੇ ਕਿਹੜੇ ਆਉਂਦੇ ਨੇ, ਸੋ ਆਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਸੋ ਦੈਟ ਚੀਜ਼ਾਂ ਤੁਹਾਨੂੰ ਭੁੱਲਣ ਨਹੀਂ। ਠੀਕ ਹੈ, ਇੱਧਰਲੇ ਪਾਸੇ ਰਾਵੀ ਹੈ,
ਉਹਦੇ ਪੱਛਮੀ ਵਾਲੇ ਪਾਸੇ, ਪੂਰਬ ਵਾਲੇ ਪਾਸੇ ਬਿਆਸ ਹੈ ਅਤੇ ਦੱਖਣ ਵਾਲੇ ਪਾਸੇ ਹੈ ਸਤਲੁਜ। ਜਿਹੜਾ ਦੁਆਬਾ ਏਰੀਆ ਹੈ ਉਹ ਕਹਿੰਦੇ ਕਿ ਉਹਦੇ ਉੱਤਰ ਪੱਛਮ ਵਿੱਚ ਬਿਆਸ ਹੈ, ਯਾਨੀ ਕਿ ਇੱਥੇ ਬਿਆਸ ਹੈ, ਠੀਕ ਹੈ। ਦੱਖਣ ਵਿੱਚ ਉਹਦੇ ਸਤਲੁਜ ਹੈ, ਠੀਕ ਹੈ, ਅਤੇ ਦੱਖਣ ਪੱਛਮ ਵੱਲ ਢਲਾਨ ਹੈ। ਦੱਖਣ ਵੱਲ ਸਤਲੁਜ ਹੈ ਅਤੇ ਦੱਖਣ ਪੱਛਮ ਵੱਲ ਇੱਕ ਢਲਾਨ ਹੈ, ਅਤੇ ਉਹ ਹੈ ਆਪਣੇ ਕੋਲ ਦੁਆਬਾ ਏਰੀਆ। ਪੰਜਾਬ ਦਾ ਕਿਹੜਾ ਖੇਤਰ ਢੱਕਣ ਵਾਲੇ ਖੇਤਰ ਨੂੰ ਕਵਰ ਕਰਦਾ ਹੈ? ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਮੁਕਤਸਰ, ਸੰਗਰੂਰ ਅਤੇ ਪਟਿਆਲਾ, ਅਤੇ ਇਹਨਾਂ ਨੂੰ ਟਿੱਬੇ ਵਜੋਂ ਵੀ ਜਾਣਿਆ ਜਾਂਦਾ ਹੈ। ਰਿਗਵੇਦ ਦੇ ਅਨੁਸਾਰ ਪੰਜਾਬ ਵਿੱਚੋਂ ਕਿੰਨੀਆਂ ਨਦੀਆਂ ਵਗਦੀਆਂ ਸਨ? ਵੈਰੀ 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 ਇੰਪੋਰਟੈਂਟ ਕੁਸ਼ਚਨ ਹੈ, ਠੀਕ ਹੈ। ਤਾਂ ਰਿਗਵੇਦ ਦੇ ਅਨੁਸਾਰ 7 ਨਦੀਆਂ ਵਗਦੀਆਂ ਸਨ, ਸਿੰਧ ਨਦੀ ਅਤੇ ਇਹਦੇ ਦੀਆਂ 5 ਸਹਾਇਕ ਨਦੀਆਂ ਅਤੇ ਪਲੱਸ ਸਰਸਵਤੀ ਨਦੀ, ਠੀਕ ਹੈ ਜੀ। 7 ਨਦੀਆਂ ਸੀ ਸਿੰਧ ਨਦੀ, ਉਹਦੀਆਂ 5 ਸਹਾਇਕ ਨਦੀਆਂ ਯਾਨੀ ਕਿ ਟ੍ਰਾਈਬਿਊਟਰੀਜ਼ ਅਤੇ ਸਰਸਵਤੀ ਨਦੀ। ਮਹਾਂਭਾਰਤ ਅਨੁਸਾਰ ਕਹਿੰਦੇ ਪੰਜਾਬ ਵਿੱਚੋਂ ਕਿੰਨੇ ਦਰਿਆ ਵਗਦੇ ਸਨ? ਤਾਂ ਰਿਗਵੇਦ ਦੇ ਅਕੋਰਡਿੰਗ 7, ਠੀਕ ਹੈ, ਅਤੇ ਮਹਾਂਭਾਰਤ ਦੇ ਅਕੋਰਡਿੰਗ 5। ਕਿਹੜੇ ਕਿਹੜੇ? ਸਤਲੁਜ, ਰਾਵੀ, ਬਿਆਸ, ਚਨਾਬ, ਜੇਹਲਮ, ਸਿੰਧੂ, ਠੀਕ ਹੈ। ਸਿੰਧੂ ਨੂੰ ਨਾਲ ਮਿਲਾ ਕੇ 6ਵਾਂ ਬਣ ਜਾਂਦਾ ਹੈ। ਸਿੰਧੂ ਮੇਨ ਹੈ ਅਤੇ ਜੋ ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜੇਹਲਮ ਨੇ ਉਹ ਉਹਦੀਆਂ ਟ੍ਰਾਈਬਿਊਟਰੀਜ਼ ਨੇ। ਮਹਾਂਕਵੀ ਅਤੇ ਪੁਰਾਣ ਵਿੱਚ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਹੈ? ਤਾਂ ਪੰਚਨੰਦਾ, ਠੀਕ ਹੈ, 5 ਦਰਿਆਵਾਂ ਦੀ ਧਰਤੀ। ਯੂਨਾਨੀਆਂ ਦੁਆਰਾ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਸੀ? ਪੈਂਟੋਪੋਟਾਮੀਆ, ਠੀਕ ਹੈ, ਯੂਨਾਨੀਆਂ ਨੇ ਕਿਹਾ ਸੀਗਾ, ਅਤੇ ਜਿਸ ਦਾ ਅਰਥ ਹੈ 5 ਦਰਿਆਵਾਂ ਦਾ ਦੇਸ਼। ਪੰਜਾਬ ਦਾ ਨਾਮ ਕਿੱਥੋਂ ਪਿਆ? ਫਾਰਸੀ ਭਾਸ਼ਾ ਤੋਂ, ਠੀਕ ਹੈ, ਪਰਸ਼ੀਅਨ ਲੈਂਗੁਏਜ, ਠੀਕ ਹੈ ਜੀ, ਪਰਸ਼ੀਅਨ ਲੈਂਗੁਏਜ ਤੋਂ ਪਿਆ ਹੈ। ਵੰਡ ਤੋਂ ਬਾਅਦ ਪੰਜਾਬ ਵਿੱਚ ਕਿੰਨੇ ਦਰਿਆ ਬਚੇ? 3 ਦਰਿਆ ਬਚੇ ਨੇ, ਸਤਲੁਜ, ਬਿਆਸ ਅਤੇ ਰਾਵੀ। ਸੋ ਹੋਪ ਸੋ ਤੁਹਾਨੂੰ ਇੱਥੋਂ ਤੱਕ ਜਿੰਨੇ ਆਪਾਂ ਕੁਸ਼ਚਨ ਕੀਤੇ ਨੇ ਡਿਟੇਲ ਦੇ ਵਿੱਚ ਸਮਝ ਆ ਗਏ ਹੋਣਗੇ। ਅਗਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ, ਕੋਈ ਸੁਜੈਸ਼ਨ ਹੈ, ਤੁਸੀਂ ਸਾਨੂੰ ਬੇਝਿਜਕ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ, ਠੀਕ ਹੈ। ਕੋਈ ਟੋਪਿਕ ਤੁਸੀਂ ਹੋਰ ਕਵਰ ਕਰਨਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ, ਠੀਕ ਹੈ। ਅਤੇ ਬਾਕੀ ਆਪਾਂ ਜੋ ਨੈਕਸਟ ਵਾਲੇ ਕੁਸ਼ਚਨ ਨੇ ਉਹ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਰਾਂਗੇ। ਸੋ ਆਪਣਾ ਸੁਜੈਸ਼ਨ ਕਾਇੰਡਲੀ ਜ਼ਰੂਰ ਦਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਕਿ ਤੁਹਾਨੂੰ ਚੀਜ਼ਾਂ ਸਮਝ ਆ ਰਹੀਆਂ ਨੇ ਜਾਂ ਨਹੀਂ ਆ ਰਹੀਆਂ, ਠੀਕ ਹੈ ਜੀ। ਥੈਂਕ ਯੂ ਸੋ ਮੱਚ।